ਹਰਦੀਪ ਸਿੰਘ ਨਿੱਜਰ ਮਾਮਲੇ ਤੇ ਭਾਰਤ ਤੇ ਕੈਨੇਡਾ ਦੋਵੇਂ ਮੁਲਕਾਂ ਦਰਮਿਆਨ ਉਲਝੀ-ਤਾਣੀ ਹੋਰ ਉਲਝਦੀ ਦਿਖਾਈ ਦੇ ਰਹੀ ਹੈ ਕਿਉਂਕਿ ਭਾਰਤ ਕੈਨੇਡੀਅਨ ਨਾਗਰਿਕਾਂ ਦੇ ਵੀਜ਼ਿਆਂ ਤੇ ਰੋਕ ਲਾਉਣ ਤੋਂ ਬਾਅਦ ਹੁਣ ਖਾਲਸਤਾਨੀਆਂ ਦੇ OCI ਕਾਰਡ ਰੱਦ ਕਰਨ ਤੇ ਵੀ ਵਿਚਾਰ ਕਰ ਰਿਹਾ ਹੈ ਪਤਾ ਲੱਗਿਆ ਕਿ ਸੈਂਟਰ ਸਰਕਾਰ ਨੇ ਵਿਦੇਸ਼ਾਂ ਵਿੱਚ ਬੈਠੇ 19 ਜਣਾਂ ਦੀ ਸੂਚੀ ਤਿਆਰ ਕਰ ਲਈ ਹੈ ਸ਼ਨੀਚਰਵਾਰ ਨੂੰ ਗੁਰਪਤਵੰਦ ਸਿੰਘ ਪੰਨੂ ਦੀ ਜਾਇਦਾਦ NIA ਦੇ ਵੱਲੋਂ ਜ਼ਬਤ ਕੀਤੇ ਜਾਣ ਤੋਂ ਇੱਕ ਦਿਨ ਬਾਅਦ ਐਤਵਾਰ ਨੂੰ ਸਰਕਾਰ ਨੇ ਏਜੰਸੀਆਂ ਨੂੰ ਅਜਿਹੇ ਹੋਰ ਸਿੱਖਾਂ ਦੀ ਸੰਪਤੀ ਦੀ شناخت ਕਰਨ ਦੇ ਲਈ ਕਿਹ ਹੈ ਜੋ ਭਾਰਤ ਨੂੰ ਲੋੜਿੰਦੇ ਨੇ ਤੇ ਬਾਹਰਲੇ ਮੁਲਕਾਂ ਦੇ ਵਿੱਚ ਵਸਦੇ ਨੇ شناخت ਕਰਨ ਨੂੰ ਹੀ ਨਹੀਂ ਬਲਕਿ ਇਹਨਾਂ ਸਾਰਿਆਂ ਦੀ ਜਾਇਦਾਦ ਦੀ ਸੂਚੀ ਬਣਾਉਣ ਦੇ ਲਈ ਵੀ ਕਹਿੰਦੇ ਸਰਕਾਰ ਨੇ ਕਹਿ ਦਿੱਤਾ ਹੈ ਸੂਤਰ ਇਹ ਦੱਸਦੇ ਨੇ ਇਸ ਦੇ ਨਾਲ ਹੀ ਸਰਕਾਰ ਨੇ ਏਜੰਸੀਆਂ ਨੂੰ ਅਮਰੀਕਾ ਬ੍ਰਿਟਾਨੀਆ ਕੈਨੇਡਾ ਤੇ ਆਸਟ੍ਰੇਲੀਆ ਦੇ ਵਿੱਚ ਰਹਿ ਰਹੇ ਖਾਲਿਸਤਾਨੀ ਸਮਰਥਕਾਂ ਦੀ شناخت ਕਰਕੇ ਉਹਨਾਂ ਦੇ ਓਵਰਸੀ ਸੀਟਿਜ਼ਨਸ਼ਿਪ ਆਫ ਇੰਡੀਆ ਯਾਨਕਿ ਓਸੀਆਈ ਕਾਰਡ ਰੱਦ ਕਰਨ ਦੇ ਬਾਰੇ ਵੀ ਕਹਿ ਦਿੱਤਾ ਹੈ ਤਾਂ ਕਿ ਉਹ ਭਾਰਤ ਆਹੀ ਸਕੜ ਤੇ ਜੇ ਸਰਕਾਰ ਨੇ ਅਜਿਹਾ ਕਰ ਦਿੱਤਾ ਤਾਂ ਕਾਲੀ ਸੂਚੀ ਦੇ ਵਿੱਚ ਪਾਏ ਸਿੱਖਾਂ ਦੇ ਮੁਤਾਬਿਕ ਇਹ ਸਿੱਖ ਵੀ ਪੰਜਾਬ ਆਉਣ ਤੋਂ ਵਿਰਵੇ ਹੋ ਜਾਣਗੇ ਆਪਣੀ ਧਰਤੀ ਤੇ ਪੈਰ ਧਰਨ ਤੋਂ ਵਾਂਝੇ ਹੋ ਜਾਣਗੇ ਤੇ ਸਰਕਾਰ ਵੀ ਇਹਨਾਂ ਨੂੰ ਇੱਥੇ ਮਿਲਦੀ ਵਿੱਤੀ ਮਦਦ ਬੰਦ ਕਰਨਾ ਚਾਹੁੰਦੀ ਹੈ ਤੇ ਨਾਲ ਹੀ ਸਭ ਤੋਂ ਵੱਡੀ ਗੱਲ ਹੈ ਕਿ ਇਹਨਾਂ ਦਾ ਭਾਰਤ ਵਿੱਚ ਦਾਖਲਾ ਰੋਕਣਾ ਚਾਹੁੰਦੀ ਹੈ ਸੂਤਰੇ ਵੀ ਦੱਸਦੇ ਨੇ ਕਿ 19 ਜਣਿਆਂ ਦੀ ਸੂਚੀ ਤਿਆਰ ਵੀ ਕਰ ਲਈ ਗਈ ਹੈ ਜਿਸ ਦੇ ਵਿੱਚ ਬਰਤਾਨੀਆਂ ਦੇ ਵਿੱਚ ਬੈਠੇ ਪਰਮਜੀਤ ਸਿੰਘ ਪੰਮਾ ਦਾ ਵੀ ਨਾਮ ਹੈ ਪਾਕਿਸਤਾਨ 'ਚ ਬੈਠੇ ਬਧਾਵਾ ਸਿੰਘ ਬੱਬਰ ਅਤੇ ਹੋਰ ਵੀ ਨਾਮ ਸਾਹਮਣੇ ਆਏ ਨੇ ਕੈਨੇਡਾ 'ਚ ਰਹਿੰਦੇ ਜਤਿੰਦਰ ਸਿੰਘ ਗਰੇਵਾਲ ਦਾ ਨਾਮ ਵੀ ਲਿਆ ਜਾ ਰਿਹਾ ਹੈ ਆਸਟ੍ਰੇਲੀਆ ਵਸਦੇ ਗੁਰਜੰਤ ਸਿੰਘ ਢਿੱਲੋਂ ਅਤੇ ਸਭ ਤੋਂ ਵੱਧ ਨਾਮ ਨੇ ਜਿਹੜੇ ਉਹ ਬਰਤਾਨੀਆਂ ਤੋਂ ਸਾਹਮਣੇ ਆ ਰਹੇ ਨੇ ਅਮਰੀਕਾ ਰਹਿੰਦੇ ਹਿੰਮਤ ਸਿੰਘ ਦਾ ਨਾਮ ਵੀ ਸੂਚੀ ਵਿੱਚ ਸ਼ਾਮਲ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ। ਸੂਤਰ ਦੱਸਦੇ ਨੇ ਕਿ ਇਹਨਾਂ ਦੀ ਸੰਪਤੀ ਵੀ ਯੂਪੀਏ ਦੀ ਧਾਰਾ 33-5 ਤਹਿਤ ਜ਼ਬਤ ਕੀਤੀ ਜਾਵੇਗੀ ਜਿਵੇਂ ਗੁਰਪਤਵੰਤ ਸਿੰਘ ਪੰਨੂ ਨਾਲ ਕੀਤਾ ਗਿਆ। ਇਸ ਤਣਾਅ ਦੇ ਦਰਮਿਆਨ ਅਮਰੀਕੀ ਅਖਬਾਰ 더 ਨਿਊਯਾਰਕ ਟਾਈਮਜ਼ ਦੇ ਸੂਤਰਾਂ ਦੇ ਹਵਾਲੇ ਦੇ ਨਾਲ ਇੱਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ ਕਿ ਕੈਨੇਡਾ ਦੇ ਵਿੱਚ ਸਿੱਖ ਲੀਡਰ ਹਰਦੀਪ ਸਿੰਘ ਨਿੱਜਰ ਨੂੰ ਸਰੀ ਦੇ ਵਿੱਚ ਜੂਨ ਮਹੀਨੇ ਚ ਮਾਰੇ ਜਾਣ ਦੇ ਮਾਮਲੇ ਵਿੱਚ ਅਮਰੀਕਾ ਨੇ ਕੈਨੇਡਾ ਨੂੰ ਖੁਫੀਆ ਜਾਣਕਾਰੀ ਮੁਹੱਈਆ ਕਰਵਾਈ ਸੀ ਹਾਲਾਂਕਿ ਕੈਨੇਡਾ ਨੇ ਅਮਰੀਕਾ ਦੀ ਖੁਫੀਆ ਜਾਣਕਾਰੀ ਨੂੰ ਨਹੀਂ ਵਰਤਿਆ ਆਪਣੀ ਜਾਂਚ ਦੀ ਆਧਾਰ ਦੇ ਉੱਤੇ ਜੋ ਜਾਣਕਾਰੀ ਮਿਲੀ ਸੀ ਉਸੇ ਦੇ ਆਧਾਰ ਤੇ ਉਸੇ ਨੂੰ ਠੋਸ ਮੰਨਦਿਆਂ ਕੈਨੇਡਾ ਨੇ ਭਾਰਤ ਤੇ ਨਿੱਜਰ ਮਾਮਲੇ 'ਚ ਵੱਡਾ ਦੋਸ਼ ਲਾਇਆ ਸਾਜ਼ਿਸ਼ ਦਾ ਦੋਸ਼ ਲਾਇਆ ਹਾਲਾਂਕਿ ਭਾਰਤ ਨੇ ਵਾਰੀ-ਵਾਰੀ ਉਹਨਾਂ ਦੋਸ਼ਾਂ ਨੂੰ ਬੇਬੁਨਿਆਦ ਕਹਿ ਕੇ ਖਾਰਜ ਕਰ ਦਿੱਤਾ। ਨਿਊਯਾਰਕ ਟਾਈਮਜ਼ ਦੇ ਵਿੱਚ ਇਹ ਖਬਰ ਸ਼ਨੀਚਰਵਾਰ ਨੂੰ ਛਪੀ ਜਦੋਂ ਕੈਨੇਡਾ ਵਿੱਚ ਅਮਰੀਕਾ ਦੇ ਇੱਕ ਛੋਟੇ ਦੇ ਡਿਪਲੋਮੈਟ ਨੇ ਪੁਸ਼ਟੀ ਕੀਤੀ ਕਿ ਫਾਈਵ ਆਈਜ਼ ਦੇ ਭਾਈਵਾਲਾਂ ਵਿਚਾਲੇ ਕੁਫੀਆ ਜਾਣਕਾਰੀ ਸਾਂਝੀ ਕੀਤੀ ਗਈ ਸੀ ਜਿਸ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਸੰਸਦ ਦੇ ਵਿੱਚ ਇਸ ਮਾਮਲੇ ਤੇ ਜਾਣਕਾਰੀ ਦੇਣ ਵੱਲ ਪ੍ਰੇਰਿਤ ਕੀਤਾ। ਕੈਨੇਡਾ ਦੇ ਪ੍ਰਧਾਨ ਮੰਤਰੀ ਸਿਰਫ ਸੰਸਦ ਹੀ ਨਹੀਂ ਉਸ ਤੋਂ ਬਾਅਦ ਵੀ ਦੋ ਵਾਰੀ ਇਸ ਮਸਲੇ ਤੇ ਬਿਆਨ ਦੇ ਚੁੱਕੇ ਹਨ ਭਾਰਤ ਨੂੰ ਵਾਰੀ ਵਾਰੀ ਸਹਿਯੋਗ ਭਾਰਤ ਨੂੰ ਵਾਰੀ ਵਾਰੀ ਅਪੀਲ ਕਰ ਰਹੀ ਨੇ ਕਿ ਜਾਂਚ ਦੇ ਵਿੱਚ ਸਹਿਯੋਗ ਕਰੋ ਸਾਡੇ ਕੋਲ ਪੁਖਤਾ ਸਬੂਤ ਨਹੀਂ ਇੱਥੋਂ ਤੱਕ ਵੀ ਪੀਐਮ ਨੇ ਕਹਿ ਦਿੱਤਾ ਹੈ ਭਾਰਤ ਦੇ ਇਤਰਾਜ਼ਾਂ ਦੇ ਉੱਤੇ ਕਿ ਕੈਨੇਡਾ ਪਹਿਲਾਂ ਸਬੂਤ ਦੇਵੇ ਤਾਂ ਪੀਐਮ ਟਰੂਡੋ ਨੇ ਕਿਹਾ ਕਿ ਕਈ ਹਫ਼ਤੇ ਪਹਿਲਾਂ ਭਾਰਤ ਨੂੰ ਅਸੀਂ ਸਬੂਤ ਦੇ ਚੁੱਕੇ ਹਾਂ ਨਿਊਯਾਰਕ ਟਾਈਮਸ ਦੀ ਰਿਪੋਰਟ ਕਹਿੰਦੀ ਹੈਗ ਅਣਪਛਾਤੇ ਅਧਿਕਾਰੀਆਂ ਦੇ ਹਵਾਲੇ ਨਾਲ ਕਿ ਇਸ ਵਾਰਦਾਤ ਤੋਂ ਬਾਅਦ ਅਮਰੀਕੀ ਖੁਫੀਆ ਏਜੰਸੀਆਂ ਨੇ ਕੈਨੇਡੀਅਨ ਏਜੰਸੀਆਂ ਦੇ ਅਧਿਕਾਰੀਆਂ ਨੂੰ ਅਜਹੀ ਜਾਣਕਾਰੀ ਉਪਲਬਧ ਕਰਵਾਈ ਸੀ ਜਿਸ ਨਾਲ ਕੈਨੇਡਾ ਨੂੰ ਇਹ ਸਿੱਟਾ ਕੱਢਣ ਵਿੱਚ ਮਦਦ ਮਿਲੀ ਕਿ ਇਸ ਵਿੱਚ ਭਾਰਤ ਦਾ ਹੱਥ ਸੀ ਹਾਲਾਂਕਿ ਕੈਨੇਡੀਅਨ ਪੀਐਮ ਨੇ ਸੰਸਦ ਦੇ ਵਿੱਚ ਜਦੋਂ ਇਸ ਦਾ ਖੁਲਾਸਾ ਕੀਤਾ ਤਾਂ ਅਮਰੀਕਾ ਦੀ ਇਸ ਜਾਣਕਾਰੀ ਦਾ ਉਹਨਾਂ ਨੇ ਕੋਈ ਹਵਾਲਾ ਨਹੀਂ ਦਿੱਤਾ ਸੀ ਇਸ ਦੇ ਨਾਲ ਹੀ ਕੈਨੇਡਾ ਵਿੱਚ ਅਮਰੀਕਾ ਦੇ ਰਾਜਦੂਤ ਡੇਵਿਡ ਕੋਹਨ ਨੇ ਸੀਟੀਵੀ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ ਦੇ ਵਿੱਚ ਕਿਹਾ ਹੈ ਕਿ ਇਸ ਸਾਂਝੀ ਕੀਤੀ ਗਈ ਖੁਫੀਆ ਸੂਚਨਾ ਦਾ ਮਾਮਲਾ ਹੈ ਇਸ ਬਾਰੇ ਕੈਨੇਡਾ ਤੇ ਅਮਰੀਕਾ ਵਿਚਾਲੇ ਕਾਫੀ ਗੱਲਬਾਤ ਹੋਈ ਹੈ ਖਬਰ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕੈਨੇਡੀਅਨ ਅਧਿਕਾਰੀਆਂ ਨੇ ਨਿਜਰ ਨੂੰ ਆਮ ਚੇਤਾਵਨੀ ਵੀ ਦਿੱਤੀ ਸੀ ਪਰ ਉਸ ਨੂੰ ਇਹ ਨਹੀਂ ਸਿੱਧਿਆ ਗਿਆ ਕਿ ਉਹ ਭਾਰਤ ਸਰਕਾਰ ਦੀ ਕਿਸੇ ਸਾਜ਼ਿਸ਼ ਦੇ ਨਿਸ਼ਾਨੇ ਉੱਤੇ ਹੈ ਇਸ ਦਰਮਿਆਨ ਭਾਰਤੀ ਵਿਦੇਸ਼ ਮੰਤਰਾਲੇ ਦਾ ਵੀ ਇੱਕ ਅਹਿਮ ਬਿਆਨ ਸਾਹਮਣੇ ਆਇਆ ਹੈ ਪਰਸੋਂ ਪੀਐਮ ਟਰੂਨੋ ਨੇ ਕਿਹਾ ਕਿ ਅਸੀਂ ਕਈ ਹਫ਼ਤੇ ਪਹਿਲਾਂ ਭਾਰਤ ਨੂੰ ਸਬੂਤ ਦੇ ਚੁੱਕੇ ਹਾਂ ਤਾਂ ਹੁਣ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਕੈਨੇਡਾ ਨੇ ਇਸ ਮਾਮਲੇ ਤੇ ਭਾਰਤ ਤੇ ਇਹ ਇਲਜ਼ਾਮ ਲਾਉਣ ਤੋਂ ਪਹਿਲਾਂ ਜਾਂ ਬਾਅਦ ਵਿੱਚ ਕੋਈ ਖਾਸ ਜਾਣਕਾਰੀ ਸਾਂਝੀ ਨਹੀਂ ਕੀਤੀ ਕਹਿੰਦੇ ਅਸੀਂ ਪਹਿਲਾਂ ਵੀ ਸਪਸ਼ਟ ਕੀਤਾ ਹੈ ਕਿ ਅਸੀਂ ਕਿਸੇ ਵੀ ਖਾਸ ਸੂਚਨਾ ਉੱਤੇ ਵਿਚਾਰ ਕਰਨ ਦੇ ਲਈ ਤਿਆਰ ਹਾਂ ਯਾਨੀ ਕਿ ਭਾਰਤ ਸਰਕਾਰ ਦਾ ਦਾਵਾ ਹੈ ਕਿ ਕੈਨੇਡਾ ਨੇ ਉਹਨਾਂ ਨੂੰ ਕੋਈ ਸਬੂਤ ਨਹੀਂ ਦਿੱਤਾ ਇੱਕ ਹੋਰ ਵੱਡੇ ਵਿਦੇਸ਼ੀ ਅੰਗਰੇਜ਼ੀ ਅਖਬਾਰ ਦਾ ਇੰਟਰਸੈਪਟ ਦੇ ਵਿੱਚ ਛਪੀ ਰਿਪੋਰਟ ਦੇ ਮੁਤਾਬਿਕ ਹਦੀਪ ਨਿਜਰ ਦੇ ਮਾਮਲੇ ਤੋਂ ਬਾਅਦ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਯਾਨੀ ਕਿ ਐਫਬੀਆਈ ਨੇ ਅਮਰੀਕਾ ਵਿੱਚਲੇ ਕਈ ਸਿੱਖ ਲੀਡਰਾਂ ਨੂੰ ਮਿਲ ਕੇ ਉਹਨਾਂ ਨੂੰ ਵੀ ਚੌਕਸ ਕੀਤਾ ਸੀ ਏਜੰਸੀ ਨੇ ਉਹਨਾਂ ਨੂੰ ਜਾਨ ਦੇ ਖਤਰੇ ਦੀ ਚੇਤਾਵਨੀ ਦਿੱਤੀ ਸੀ ਅਮਰੀਕਨ ਸਿੱਖ ਕੌਕਸ ਕਮੇਟੀ ਦੇ ਕੋਆਰਡੀਨੇਟਰ ਤੇ ਸਿਆਸੀ ਕਾਰਕੁਨ ਪ੍ਰਤਪਾਲ ਸਿੰਘ ਨੇ ਦੱਸਿਆ ਕਿ ਉਸ ਨੂੰ ਤੇ ਦੋ ਹੋਰ ਸਿੱਖ ਅਮਰੀਕੀਆਂ ਨੂੰ ਕੈਲੀਫੋਰਨੀਆ ਤੋਂ ਫੋਨ ਆਏ ਸੀ ਕਿ ਤੇ ਨਿੱਜਰ ਦੀ ਮੌਤ ਤੋਂ ਬਾਅਦ FBI ਉਹਨਾਂ ਨੂੰ ਮਿਲਣ ਵੀ ਆਏ ਸੀ ਕੈਲੀਫੋਰਨੀਆ ਦੇ ਹੀ ਇੱਕ ਗਰੁੱਪ ਇਨਸਾਫ ਦੇ ਕੋ-ਡਾਇਰੈਕਟਰ ਸੁਖਮੰਤਾ ਅਮਲੀ ਨੇ ਦੱਸਿਆ ਕਿ ਪੂਰੇ ਅਮਰੀਕਾ ਵਿੱਚ ਸਿੱਖਾਂ ਨੂੰ ਪੁਲਿਸ ਨੇ ਸੰਭਾਵੀ ਖਤਰੇ ਖਤਰਿਆਂ ਬਾਰੇ ਚੇਤਾਵਨੀ ਦਿੱਤੀ ਸੀ। ਸੋ ਮੌਜੂਦਾ ਖਬਰਾਂ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਕੈਨੇਡਾ ਤੇ ਭਾਰਤ ਵਿਚਲੇ ਤਣਾਅ ਦੇ ਦਰਮਿਆਨ ਅਮਰੀਕਾ ਵੀ ਹੁਣ ਉਲਝ ਸਕਦਾ ਹੈ। ਕੈਨੇਡਾ ਵਿੱਚ ਅਮਰੀਕਾ ਦੇ ਰਾਜਦੂਤ ਡੇਵਿਡ ਕੋਹਨ ਨੇ ਸੀਟੀਵੀ ਨੂੰ ਜਿਹੜਾ ਇੰਟਰਵਿਊ ਦਿੱਤਾ ਹੈ ਉਹਦੇ ਵਿੱਚ ਇਹ ਵੀ ਕਿਹਾ ਹੈ ਕਿ ਅਮਰੀਕਾ ਇਹਨਾਂ ਦੋਸ਼ਾਂ ਨੂੰ ਬਹੁਤ ਗੰਭੀਰਤਾ ਦੇ ਨਾਲ ਲੈਂਦਾ ਹੈ। ਤੇ ਇਹ ਵੀ ਕਿਹਾ ਕਿ ਜੇ ਇਹ ਦੋਸ਼ ਸਹੀ ਸਾਬਿਤ ਹੁੰਦੇ ਨੇ ਤਾਂ ਨਿਜਮਾ ਆਧਾਰਿਤ ਕਮਾਂਤਰੀ ਢਾਂਚੇ ਦਾ ਸੰਭਾਵੀ ਰੂਪ ਦੇ ਵਿੱਚ ਬਹੁਤ ਗੰਭੀਰ ਉਲੰਘਣ ਹੋਵੇਗਾ ਇਸ ਤੋਂ ਪਹਿਲਾਂ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਵੀ ਭਾਰਤ ਨੂੰ ਅਪੀਲ ਕਰ ਚੁੱਕੇ ਨੇ ਕਿ ਉਹ ਕੈਨੇਡਾ ਦੀ ਜਾਂਚ ਵਿੱਚ ਸਹਿਯੋਗ ਕਰੇ ਹਾਲਾਂਕਿ ਅਮਰੀਕੀ ਅਧਿਕਾਰੀ ਭਾਰਤ ਦੇ ਨਾਲ ਕਿਸੇ ਕੂਟਨੀਤਿਕ ਤਣਾਅ ਦੇ ਵਿੱਚ ਪੈਣ ਤੋਂ ਬਚ ਵੀ ਰਹੇ ਨੇ ਪਰ ਅਮਰੀਕਾ ਕੈਨੇਡਾ ਦੇ ਨਾਲ ਵੀ ਡਟ ਕੇ ਖੜੇ ਹੋਣ ਦੇ ਵਾਰੀ-ਵਾਰੀ ਬਿਆਨ ਦੇ ਰਿਹਾ ਸੋ ਇਹ ਵਿਵਾਦ ਹੋਰ ਕਿੱਥੋਂ ਤੱਕ ਉਲਝੇਗਾ ਕਿਥੋਂ ਕੱਕ ਜਾਵੇਗਾ ਇਹ ਤਾਂ ਦੋਵੇਂ ਮੁਲਕਾਂ ਦੀਆਂ ਸਰਕਾਰਾਂ ਜਾਣਦੀਆਂ ਨੇ ਪਰ ਇਸ ਦਰਮਿਆਨ ਵੱਡੇ ਪੱਧਰ ਤੇ ਆਮ ਲੋਕਾਂ ਦਾ ਖਾਸ ਕਰਕੇ ਪੰਜਾਬੀਆਂ ਦਾ ਬਹਾਵ ਨੁਕਸਾਨ ਹੋ ਰਿਹਾ ਹੈ